ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਹੋਰ ਠੀਕ ਠਾਕ ਸਭ ਵਧੀਆ ਰੰਗਾਂ ਜਿਹਾ ਕੰਮ ਅੱਛਾ ਅੱਜ ਆਪਾਂ ਗੱਲ ਕਰਦੇ ਆਂ ਪਸ਼ੂ ਦੇ ਪੇਟ ਬਾਰੇ ਜਾਂ ਫੀਡ ਅੱਗੇ ਜਾ ਕੇ ਕਿਵੇਂ ਕੰਮ ਕਰਦੀ ਹੈ ਕੀ ਕੁਝ ਹੁੰਦਾ ਸਭ ਤੋਂ ਪਹਿਲਾਂ ਤਾਂ ਪਸ਼ੂਆਂ ਵਾਲੀ ਗੱਲ ਕਰੀਏ ਤਾਂ ਪਸ਼ੂਆਂ ਦੇ ਵਿੱਚ ਪਸ਼ੂਆਂ ਦੇ ਪੇਟ ਦੇ ਚਾਰ ਹਿੱਸੇ ਹੁੰਦੇ ਨੇ ਤੇ ਚਲੋ خیرੇ ਤੱਕ ਕੁਝ ਭਰਾਵਾਂ ਨੂੰ ਪਤਾ ਹੀ ਹੋਊ ਆਪਾਂ ਉਹਦੇ ਅੰਦਰਲੇ ਸਿਸਟਮ ਦੀ ਗੱਲ ਕਰਦੇ ਆ ਕਿਉਂਕਿ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਪਤੂ ਪਸ਼ੂ ਆਪਣਾ ਜਦੋਂ ਕੁਝ ਖਾ ਰਿਹਾ ਤਾਂ ਕਿਵੇਂ ਅੱਗੇ ਮਸ਼ੀਨਰੀ ਕੰਮ ਕਰ ਰਹੀ ਆ ਇਹ ਸਾਰੀਆਂ ਗੱਲਾਂ ਦੇ ਵਿੱਚੋਂ ਕੁਝ ਭਰਾਵਾਂ ਦੇ ਕੁਝ ਸ਼ੰਕੇ ਵੀ ਦੂਰ ਹੋ ਜਾਣੇ ਆ ਪਸ਼ੂ ਜਿਵੇਂ ਕਹਿ ਲਈ ਆ ਆਪਾਂ ਖਾਂਦਾ ਨਹੀਂ ਜਾਂ ਪਸ਼ੂ ਨੂੰ ਕੁਝ ਖਾਦਾ ਪੀਤਾ ਲੱਗਦਾ ਨਹੀਂ ਇਹ ਗੱਲਾਂ ਸਾਰੀਆਂ ਕਲੀਅਰ ਹੋਣਗੀਆਂ ਇਸ ਟੌਪਿਕ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਪਸ਼ੂ ਦੇ ਪੇਟ ਦੇ ਹੁੰਦੇ ਆ ਸਭ ਤੋਂ ਅ ਚਾਰ ਹਿੱਸੇ ਸਭ ਤੋਂ ਵੱਡੇ ਨੂੰ ਆਪਾਂ ਰਿਊਮਨ ਕਹਿੰਦੇ ਆ ਇਹ ਜਿਹੜੇ ਜੀ ਪਸ਼ੂ ਹੁੰਦੇ ਨੇ ਇਹਨਾਂ ਨੂੰ ਜਿਨ੍ਹਾਂ ਦੇ ਜਿਨ੍ਹਾਂ ਦੇ ਵਿੱਚ ਇਹ ਇਹ ਰਿਊਮਨ ਹੈ ਤੇ ਆਪਾਂ ਉਹਨਾਂ ਨੂੰ ਰਿਮਨਿਸਟ ਕਹਿ ਦਿੰਨੇ ਆ ਰਿਮਨਿਸਟ ਹੁੰਦੇ ਆ ਜਿਹੜੇ ਉਹ ਉਹ ਹੁੰਦੇ ਆ ਜਿਹੜੇ ਜਗਾਲੀ ਕਰਦੇ ਨੇ ਹੁਣ ਜਗਾਲੀ ਪਸ਼ੂ ਕਿਉਂ ਕਰਦਾ ਜਗਾਲੀ ਦੇ ਵਿੱਚ ਦੇਖੋ ਹਰ ਚੀਜ਼ ਦਾ ਕੋਈ ਨਾ ਕੋਈ ਲਾਜਿਕ ਹੁੰਦਾ ਕਾਰਨ ਹੁੰਦਾ ਜਿਵੇਂ ਆਪਾਂ ਸੀਗੇ ਪਹਿਲਾਂ ਬਾਂਦਰ ਸੀ ਹਨਾ ਕਿਹਾ ਜਾਂਦਾ ਮਨੁੱਖ ਦਾ origin origin ਆ ਜਿਹੜਾ ਬਾਂਦਰ ਤੋਂ ਹੋਇਆ ਬਾਂਦਰ ਪਹਿਲਾਂ ਚਾਰ ਪੈਰਾਂ ਤੇ ਚੱਲਦਾ ਸੀ ਫਿਰ ਉਹ ਦੋ ਲੱਤਾਂ ਤੇ ਚੱਲਣ ਲੱਗਿਆ ਫਿਰ ਉਹ ਕੁੱਬਾ ਜਾ ਚੱਲਣ ਲੱਗਿਆ ਫਿਰ ਉਹ ਸਿੱਧਾ ਹੋਇਆ ਫਿਰ ਉਹ ਪ੍ਰੋਪਰ ਜਿਉ ਆਪਾਂ ਹੁਣ ਬਣ ਗਏ ਉਹ ਓਵੇਂ ਹੋ ਗਿਆ ਹਨਾ ਤੇ ਉਹ ਚਲੋ ਸਮੇਂ ਦੇ ਹਿਸਾਬ ਨਾਲ ਇਹ ਇਹ ਚੀਜ਼ਾਂ ਨੇ ਜਿਹੜੀਆਂ ਆਪਦੇ ਆਪ ਅਡਜਸਟ ਹੁੰਦੀਆਂ ਚੱਲੇ ਜਾਂਦੀਆਂ ਨੇ ਹੁਣ ਪਸ਼ੂਆਂ ਦੇ ਵਿੱਚ ਗੱਲ ਕੀ ਹੈਗੀ ਆ ਪਸ਼ੂਆਂ ਨੂੰ ਇਹ ਹੈਗੇ ਨੇ ਸ਼ਾਕਾਹਾਰੀ ਜੀਵ ਇਹ ਜਦੋਂ ਘਾਹ ਫੁੱਸ ਚਰਦੇ ਤਾਂ ਇਹਨਾਂ ਨੂੰ ਆਪਣੀ ਜਾਨ ਦਾ ਖਤਰਾ ਵੀ ਪਹਿਲਾਂ ਹੁਣ ਵੀ ਬਣਿਆ ਰਹਿੰਦਾ ਤਾਂ ਵੀ ਕੋਈ ਆ ਸ਼ੇਰ ਚਿੱਤੇ ਭਗਿਆਲੂ ਜਾਨਵਰ ਜੋ ਵੀ ਜੰਗਲ ਦੇ ਵਿੱਚ ਹੁੰਦੇ ਆ ਸ਼ਿਕਾਰ ਕਰਦੇ ਆ ਤਾਂ ਤਾਂ ਇਹਨਾਂ ਨੂੰ ਇਹ ਹੁੰਦਾ ਸੀ ਵੀ ਛੇਤੀ ਤੋਂ ਛੇਤੀ ਆਪਾਂ ਆਪਣਾ ਕਾਪ ਉਸ ਚੜੀਏ ਤੇ ਆਪਦਾ ਜਿੱਥੇ ਵੀ ਸੇਫ ਜਗ੍ਹਾ ਹੈਗੀ ਆ ਉੱਥੇ ਚਲੇ ਜਾਂਦੇ ਤੇ ਜਾ ਕੇ ਫਿਰੇ ਜਗਾਲੀ ਕਰਦੇ ਐਵੇਂ ਜਿਹਦਾ ਸਿਸਟਮ ਸੀ ਤੇ ਸੋ ਇਹਨਾਂ ਦੇ ਅੰਦਰਲਾ ਸਿਸਟਮ ਵੀ ਉਹ ਜਗਾਲੀ ਰੂਪ ਦੇ ਵਿੱਚ ਜਾਂ ਜਿਵੇਂ ਚਾਰ ਹਿੱਸੇ ਬਣੇ ਤਾਂ ਉਹ ਉਵੇਂ ਐਡਜਸਟ ਹੋ ਗਿਆ ਉਹ ਸਿਸਟਮ ਫਿੱਟ ਹੋਇਆ ਹਨ ਉਹ ਉਹੀ ਉਵੇਂ ਡਵੈਲਪ ਹੁੰਦਾ ਹੁੰਦਾ ਅੱਗੇ ਚਲਾ ਗਿਆ ਹੁਣ ਜਿਹੜਾ ਇਹ ਰਿਊਮਨ ਆ ਇਹ ਪੇਟ ਦੇ ਚਾਰ ਹਿੱਸਿਆਂ ਚੋਂ ਸਭ ਤੋਂ ਵੱਡਾ 10 9 10 ਮਹੀਨੇ 11 ਮਹੀਨੇ ਦਾ ਸਾਈਜ਼ ਛੋਟਾ ਰਹਿੰਦਾ ਪਰ ਫਿਰ ਉਸ ਤੋਂ ਬਾਅਦ ਇਹ ਵੱਡਾ ਹੋ ਜਾਂਦਾ ਜਿਹਦੀ ਕਪੈਸਿਟੀ 100 ਲੀਟਰ ਤੱਕ ਚੱਲੀ ਜਾਂਦੀ ਹੈ ਜਿਵੇਂ ਆਪਾਂ ਆਪਣੇ ਕਿਸੇ ਪਸ਼ੂ ਨੂੰ ਫਰੇਮ ਆ ਆ ਗਿਆ ਜਾਂ ਫਾਰਾ ਕਹਿ ਲੋ ਇਹ ਅੰਦਰਲੇ ਪਾਸੇ ਪਸ਼ੂ ਦੀ ਬੋਡੀ ਚ ਖੱਬੇ ਪਾਸੇ ਹੁੰਦਾ ਤਾਂ ਹੀ ਜਦੋਂ ਫਰੇਮਾ ਜਾਂ ਫਾਰਾ ਆਉਂਦਾ ਤਾਂ ਉਧਰਲਾ ਹਿੱਸਾ ਤਣ ਜਾਂਦਾ ਹਨਾ ਪੂਰਾ ਤੜ ਗਿਆ ਆਪਾਂ ਕਹਿ ਦਈਏ ਉੱਥੇ ਫਿਰ ਆਪਾਂ ਬੱਖੀ ਚ ਸੂਈਆਂ ਸਾਈਆਂ ਮਾਰ ਕੇ ਉਹਦੀ ਗੈਸ ਆ ਜਿਹੜੀ ਕੱਢਦੇ ਆ ਸੋ ਇਹ ਰਿਊਮਨ ਦੇ ਵਿੱਚ ਖਾਦਾ ਪੀਤਾ ਸਾਰਾ ਕੁਝ ਦਵਾਈਆਂ ਫੀਡ ਜੋ ਵੀ ਆ ਉੱਥੇ ਇਕੱਠੀ ਹੋਊਗੀ ਫਿਰ ਜਦੋਂ ਪਸ਼ੂ ਪਿੱਛੇ ਹਟ ਕੇ ਬੈਠਦਾ ਖਾ ਪੀ ਕੇ ਰੱਜ ਕੇ ਤਾਂ ਉਹ ਜਗਾਲੀ ਕਰਦਾ ਤੇ ਜਗਾਲੀ ਦੇ ਵਿੱਚੋਂ ਉਹ ਜੋ ਵੀ ਤੋੜ ਮਰੋੜ ਕੇ ਜਗਾਲੀ ਚੋਂ ਵਾਪਸ ਲੈ ਕੇ ਜਾਂਦਾ ਤਾਂ ਉਹ ਵਾਪਸ ਜਾਂਦਾ ਤਾਂ ਉੱਥੇ ਮਾਈਕਰੋ ਫਲੋਰਾ ਹੁੰਦਾ ਅੱਗੇ ਤੇ ਮਾਈਕਰੋ ਫਲੋਰਾ ਇੱਕ ਉਹ ਕਟਾਣੂਆਂ ਜਿਹੜਾ ਖਾਦੇ ਹੋਏ ਭੋਜਨ ਨੂੰ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਤੋੜ ਦਿੰਦਾ ਉਹਨੂੰ ਅੱਗੇ ਅੱਗੇ ਪ੍ਰੋਸੈਸਿੰਗ ਵਾਸਤੇ ਜਾਣ ਲਈ ਉਹ ਤਿਆਰ ਕਰਦਾ ਤੇ ਉਹ ਮਾਈਕਰੋਫਲੋਰਾ ਹੀ ਹੁੰਦਾ ਹੈ ਮਾਈਕਰੋਫਲੋਰੇ ਦੀ ਗਿਣਤੀ ਧਿਆਨ ਚ ਰੱਖਣੀ ਪੈਂਦੀ ਆ ਧਿਆਨ ਚ ਆਪਾਂ ਤਾਂ ਕੀ ਰੱਖ ਸਕਦਾ ਕਈ ਵਾਰੀ ਪਸ਼ੂ ਖਾਣਾ ਪੀਣਾ ਛੱਡ ਦਿੰਦਾ ਤਾਂ ਉਹ ਖਾਣਾ ਪੀਣਾ ਛੱਡਣ ਤੋਂ ਬਾਅਦ ਆਪਣੇ ਡਾਕਟਰ ਸਾਹਿਬ ਕਈ ਵਾਰੀ ਕਹਿ ਦਿੰਦੇ ਆ ਵੀ ਆਪਾਂ ਇਹਦਾ ਪੀ ਐਚ ਲੈਵਲ ਚੈੱਕ ਕਰੋ ਉਹ ਪੀ ਐਚ ਲੈਵਲ ਹੁੰਦਾ ਜਿਹੜਾ ਉਹ ਇਹੀ ਮਾਈਕਰੋਫਲੋਰੇ ਦੀ ਵਾਧ ਘਾਟ ਹੈ ਹੁੰਦੀ ਆ ਉਹ ਚੈੱਕ ਕਰਦੇ ਆ ਤਾਂ ਡਾਕਟਰ ਸਾਹਿਬ ਉਹਨੂੰ ਦਿੰਦਿਆਂ ਦੁਬਾਰਾ ਵੀ ਉਹ ਡਿਵੈਲਪ ਕਿਵੇਂ ਹੋਵੇ ਦਵਾਈ ਦੇ ਦਿੰਦੇ ਆ ਨਾ ਸੈੱਟ ਹੋ ਜਾਂਦਾ ਚਲੋ ਉਸ ਤੋਂ ਬਾਅਦ ਅਗਲੇ ਹਿੱਸੇ ਦੇ ਵਿੱਚ ਜਦੋਂ ਉਹ ਜਾਂਦਾ ਹੈਗਾ ਤਾਂ ਬਾਡੀ ਅ ਪੇਟ ਦੇ ਦੂਜੇ ਹਿੱਸੇ ਦੇ ਵਿੱਚ ਜਾਂਦਾ ਤਾਂ ਉਥੇ ਕੋਈ ਕੰਕਰ ਕੋਈ ਮਿੱਟੀ ਕੋਈ ਸਖਤ ਚੀਜ਼ ਆ ਗਈ ਜਾਂ ਫਿਰ ਲੋਹਾ ਆ ਗਿਆ ਉਹ ਜਮਾ ਉਥੇ ਹੋ ਜਾਂਦਾ ਉਸ ਤੋਂ ਬਾਅਦ ਅੱਗੇ ਫਿਰ ਸਰਕੂਲੇਟ ਹੁੰਦਾ ਉਹ ਤਾਂ ਤੀਸਰੇ ਪਾਰਟ ਦੇ ਵਿੱਚ ਪਹੁੰਚਦਾ ਤੀਸਰੇ ਪਾਰਟ ਦੇ ਵਿੱਚ ਜਾ ਕੇ ਜਿਹੜਾ ਫालतू ਪਾਣੀ ਹੁੰਦਾ ਉਹ ਡਾਈਜੈਸਟ ਹੁੰਦਾ ਤੇ ਬਾਡੀ ਦੇ ਵਿੱਚ ਉਹ ਜਿਵੇਂ ਉਹਨੂੰ ਸੁਖਾਇਆ ਜਾਂਦਾ ਉਥੇ ਤੇ ਜਿਹੜਾ ਦੂਜਾ ਹੋਰ ਮਟੀਰੀਅਲ ਹੁੰਦਾ ਭੋਜਨ ਉਹਦਾ ਉਸ ਨੂੰ ਪੇਸਟ ਫਾਰਮ ਦੇ ਵਿੱਚ ਲਿਆਂਦਾ ਜਾਂਦਾ ਤੇ ਉਹ ਪੇਸਟ ਫਾਰਮ ਦੇ ਵਿੱਚ ਲਿਉਣ ਤੋਂ ਬਾਅਦ ਦੇ ਵਿੱਚੋਂ ਚੌਥੀ ਤੇ ਲਾਸਟ ਥਾਂ ਦੇ ਵਿੱਚ ਆ ਜਾਂਦਾ ਹੈਗਾ ਅੱਗੇ ਜਿਹਨੂੰ ਆਪਾਂ ਇਹ ਗੱਲ ਕਹਿ ਦਿੰਦੇ ਆ ਕਿ ਇਹ ਹੁਣ ਇਹ ਅੰਤਲੀ ਦੇ ਵਿੱਚ ਚਲਾ ਜਾਂਦਾ ਫਿਰ ਉਸ ਤੋਂ ਬਾਅਦ ਅੱਗੇ ਇਹ ਹੌਲੀ-ਹੌਲੀ ਆਈ ਕਹਿ ਲਿਏ ਵੀ ਕਪੜਾ ਛਾਨ ਹੋ ਕੇ ਜਾਂ ਇੱਕ ਪ੍ਰੋਸੈਸ ਦੇ ਅੰਡਰ ਇਹ ਚੀਜ਼ ਅੱਗੇ ਜਾ ਕੇ ਗੋਹੇ ਜਾਂ ਪਿਸ਼ਾਬ ਦੇ ਰੂਪ ਦੇ ਵਿੱਚ ਜਿਹੜੀ ਫालतू ਦੀ ਵੇਸਟੇਜ ਆ ਉਹ ਅੱਗੇ ਨਿਕਲ ਜਾਂਦੀ ਹੈ ਤੇ ਬਾਡੀ ਨੂੰ ਜਿਹੜੀ ਚੀਜ਼ ਦੀ ਤੱਤਾਂ ਦੀ ਲੋੜ ਹੁੰਦੀ ਆ ਪਾਣੀ ਦੀ ਲੋੜ ਹੁੰਦੀ ਆ ਬਾਡੀ ਉਹ ਰੱਖ ਲੈਂਦੀ ਆ ਪਸ਼ੂ ਦੀ ਹੁਣ ਅੱਗੇ ਜਾ ਕੇ ਲੀਵਰ ਦੀ ਜਿਵੇਂ ਲੀਵਰ ਹੈਗਾ ਨਾ ਲੀਵਰ ਨੇ ਉਹ ਉਹ ਰਸ ਪੈਦਾ ਕਰਨਿਆ ਉਹ ਚੀਜ਼ ਉਹ ਲਿਕੁਇਡ ਪੈਦਾ ਕਰਨਾ ਜਿਹਦੇ ਨਾਲ ਮਿਹਦੇ ਦੇ ਵਿੱਚ ਇਹ ਭੋਜਨ ਆ ਜਿਹੜਾ ਇਹ ਸਾਰਾ ਕੁਝ ਇਹ ਇਹ ਹজম ਹੋਵੇ ਜਦੋਂ ਇਹ ਚੀਜ਼ ਹজম ਹੋ ਜਾਂਦੀ ਆ ਤੇ ਅੱਗੇ ਚੱਲ ਕੇ ਜਿਹੜੇ ਉਥੋਂ ਜੋ ਰਸ ਬਣਦਾ ਜੋ ਮਟੀਰੀਅਲ ਬਣਦਾ ਉਹ ਕੁਝ ਤਾਂ ਉਹ ਬਾਡੀ ਦੇ ਵਿੱਚ ਚਲਾ ਜਾਂਦਾ ਹੈਗਾ ਤੇ ਕੁਝ ਉਹ ਬਲੱਡ ਦੇ ਵਿੱਚ ਚਲਾ ਜਾਂਦਾ ਤੇ ਬਾਕੀ ਦੀ ਚੀਜ਼ ਆ ਜਿਹੜੀ ਬਾਕੀ ਮਟੀਰੀਅਲ ਜੋ ਪੋਜ਼ਿਟਿਵਿਟੀ ਬਚੀ ਉਹ ਲੀਵਰ ਆਪਣੇ ਨਾਲ ਆਪਣੇ ਵਿੱਚ ਸਟੋਰ ਕਰ ਲੈਂਦਾ ਹੁਣ ਉਹ ਸਟੋਰ ਕਿਉਂ ਕਰਦਾ ਉਹ ਇਸ ਲਈ ਕਰ ਲੈਂਦਾ ਵੀ ਆਪਾਂ ਦੇਖੋ ਆਪਣੀ ਤੇ ਗੱਲ ਆਈਏ ਕਈ ਵਾਰੀ ਆਪਾਂ ਨੂੰ ਭੁੱਖ ਲੱਗਦੀ ਆ ਬਹੁਤ ਪਰ ਫਿਰ ਕੁਝ ਸਮੇਂ ਬਾਅਦ ਆਪਾਂ ਠਿੱਕ ਜਾਂਦੇ ਵੀ ਨਹੀਂ ਨਹੀਂ ਠੀਕ ਆਉਂਦਾ ਭੁੱਖ ਮਰ ਗਈ ਉਪੋਖ ਕਿਵੇਂ ਮਰਦੀ ਆ ਉਹ ਭੁੱਖ ਮਰਨ ਦਾ ਕਾਰਨ ਇਹੀ ਹੁੰਦਾ ਬਈ ਉਹਦੇ ਵਿੱਚ ਉਹ ਉਹ ਜਿਹੜਾ ਸਟੋਰ ਕਰ ਲੈਂਦਾ ਲੀਵਰ ਉਸ ਚੀਜ਼ ਨੂੰ ਉਹ ਛੱਡ ਦਿੰਦਾ ਤੇ ਉਹ ਅੱਗੇ ਜਾ ਕੇ ਬਾਡੀ ਉਸ ਚੀਜ਼ ਨੂੰ ਅਡਜਸਟ ਕਰਦੀ ਆ ਤੇ ਸਾਡੀ ਆ ਭੁੱਖ ਜਿਹੜੀ ਉਹ ਲੀਵਰ ਚੋਂ ਹੀ ਉਹ ਪੂਰੀ ਹੋ ਜਾਂਦੀ ਤਾਂ ਹੀ ਕਹਿੰਦੇ ਆ ਵੀ 2-4 ਦਿਨ ਬੰਦਾ ਕੱਢ ਜਾਂਦਾ ਬਿਨਾਂ ਭੋਜਨ ਤੋਂ ਉਹ ਲੀਵਰ ਦੀ ਜਿਹੜੀ ਜੋ ਸਟੋਰੇਜ ਹੁੰਦੀ ਆ ਉੱਥੇ ਕਰੀ ਹੋਈ ਹਨਾ ਉਹ ਉਹ ਚੀਜ਼ ਹੁੰਦੀ ਆ ਉਹ ਤੇ ਹੁਣ ਉਸ ਤੋਂ ਬਾਅਦ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਜੇ ਆਪਾਂ ਇਹ ਬੰਦਾ ਆਪਾਂ ਬੰਦੇ ਬੰਦਾ ਆਪਾਂ ਮਨੁੱਖਾ ਜਿਹੜਾ ਤਾਂ ਇਹ ਇਹ ਗਲੂਕੋਜ਼ ਦੀ ਭੋਜਨ ਨੂੰ ਡਾਈਜੈਸਟ ਕਰਨ ਲਈ ਗਲੂਕੋਜ਼ ਦੀ ਵਰਤੋਂ ਕਰਦਾ ਗਲੂਕੋਜ਼ ਇਹਨੂੰ ਅਨਾਜਾਂ ਤੋਂ ਮਿਲਦਾ ਮਨੁੱਖ ਨੂੰ ਜਾਂ ਦਾਲਾਂ ਤੋਂ ਤੇ ਉਵੇਂ ਜਿਹੜੇ ਪਸ਼ੂ ਨੇ ਇਹਨਾਂ ਨੂੰ ਇਹ ਚੀਜ਼ ਗਲੂਕੋਜ਼ ਦੀ ਥਾਂ ਤੇ ਇਹ ਇਹਨਾਂ ਦੇ ਸਰਕੂਲੇਟ ਹੁੰਦਾ ਹੈਗਾ ਪੇਟ ਦੇ ਵਿੱਚ ਜਾ ਕੇ ਤਾਂ ਇਹਨਾਂ ਨੂੰ ਸੈਲੂਲੋਜ਼ ਦੀ ਲੋੜ ਹੁੰਦੀ ਆ ਹੁਣ ਸੈਲੂਲੋਜ਼ ਇਹਨਾਂ ਨੂੰ ਕਿੱਥੋਂ ਮਿਲੂਗਾ ਸੈਲੂਲੋਜ਼ ਉਹ ਮਿਲਦਾ ਇਹਨਾਂ ਨੂੰ ਗ੍ਰੀਨ ਪਾਊਡਰ ਦੇ ਵਿੱਚੋਂ ਤੇ ਗ੍ਰੀਨ ਪਾਊਡਰ ਪਾਇਆ ਜਾਂਦਾ ਪਰ ਗ੍ਰੀਨ ਪਾਊਡਰ ਦੇ ਵਿੱਚ ਕੁਝ ਦਿੱਕਤਾਂ ਐਵੇਂ ਆ ਜਾਂਦੀਆਂ ਨੇ ਬਈ ਜਦੋਂ ਆਪਾਂ ਜਿਵੇਂ ਹੁਣ ਮੱਕੀ ਬੀਜਦੇ ਆ ਤਾ ਮੱਕੀ ਦੇ ਵਿੱਚ ਪਾਣੀ ਤਾਂ ਜਿੰਨਾ ਲੱਗਦਾ ਲੱਗਦਾ ਪਰ ਉਤੇ ਰੇ ਸਪਰੇ ਦੇਖੋ ਕਿੰਨੀ ਹੁੰਦੀ ਆ ਹਨ ਜੇ ਇਧਰੋਂ ਆਪਾਂ ਗਰਮੀਆਂ ਦੇ ਵਿੱਚ ਸਰਦੀਆਂ ਦੇ ਵਿੱਚ ਆਈਏ ਤਾਂ ਬਰਸੀਨ ਬੀਜਦੇ ਆ ਤਾਂ ਬਰਸੀਨ ਦੇ ਵਿੱਚ ਵੀ ਆਪਾਂ ਉਹਦੀ ਗਰੋਥ ਵਾਸਤੇ ਕਿਤੇ ਕੁਝ ਦਵਾਈ ਪਾਤੀ ਕੋਈ ਸਪਰੇ ਕਰਤਾ ਉੱਪਰ ਦੀ ਆਪਾਂ ਨੇ ਸਿਸਟਮ ਭਾਈ ਯੂਰੀਆ ਵੀ ਦੱਬੀ ਰੱਖਦੇ ਆ ਉਹਦੇ 'ਚ ਹੁਣ ਸਾਰੀਆਂ ਚੀਜ਼ਾਂ ਨਾਲ ਦੀ ਨਾਲ ਪਸ਼ੂ ਦੀ ਬਾਡੀ ਦੇ ਵਿੱਚ ਜਾਂਦੀਆਂ ਨੇ ਤਾਂ ਜਾਣ ਤੋਂ ਬਾਅਦ ਕਿਤੇ ਗੈਸ ਬਣ ਗਈ ਬਾਡੀ ਦੇ ਵਿੱਚ ਉਹ ਗੈਸ ਬਣਨਾ ਜਦੋਂ ਬਾਡੀ ਦੇ ਅੰਦਰ ਗੈਸ ਬਣਦੀ ਆ ਤਾਂ ਫਿਰ ਉਹ ਚੀਜ਼ ਕਿਤੇ ਨਾ ਕਿਤੇ ਆਪਾਂ ਕਹਿ ਲਓ ਵੀ ਅਫਾਰਾ ਆ ਜਾਂਦਾ ਹਨਾ ਜਾਂ ਫਿਰ ਪਸ਼ੂ ਖਾਣਾ ਪੀਣਾ ਛੱਡ ਦਿੰਦਾ ਤੇ ਉਹ ਅੰਦਰੋਂ ਲੀਵਰ ਦੀ ਡੈਮੇਜ ਹੋ ਜਾਂਦੀ ਆ ਕਾਰਨ ਇਹ ਹੋ ਜਾਂਦਾ ਵੀ ਕਟਾਣੂ ਨੇ ਜਿਹੜੇ ਉਹੋ ਇਸ ਚੀਜ਼ ਨਾਲ ਮਰ ਜਾਂਦੇ ਆ ਤੇ ਇਨਫੈਕਸ਼ਨ ਹੋ ਜਾਂਦੀ ਆ ਜੋ ਬਚਦੇ ਆ ਉਹਨਾਂ ਨੂੰ ਖਾਣ ਲੱਗਦੇ ਆ ਤੇ ਅੰਦਰ ਅੰਦਰ ਖਾਤੇ ਕਿਤਨਾ ਕਿਤੇ ਲੀਵਰ ਨੂੰ ਕਰੇਟ ਦੇ ਰਹੇ ਹੁੰਦੇ ਆ ਉਹ ਆਪਾਂ ਕਹਿ ਦਿੰਨੇ ਆ ਲੀਵਰ ਦੀ ਇਨਫੈਕਸ਼ਨ ਹੋਊਗੀ ਇਹ ਚੀਜ਼ਾਂ ਐਵੇਂ ਚੱਲਦੀਆਂ ਤੇ ਬਾਕੀ ਜੇ ਆਪਾਂ ਗੱਲ ਕਰੀਏ ਦੂਜੇ ਪਾਸੇ ਵੀ ਇਹ ਤਾਂ ਫਿਰ ਹੁਣ ਕਣਕ ਦੇ ਉੱਤੇ ਵੀ ਇਹ ਸਪਰੇਅ ਹੁੰਦਾ ਤਾਂ ਤੂੜੀ ਦੇ ਵਿੱਚ ਵੀ ਹੁੰਦਾ ਹੁਣ ਤੂੜੀ ਵਾਲੀ ਗੱਲ ਵੀਰ ਜੀ ਇਹ ਹੈ ਵੀ ਤੂੜੀ ਤਾਂ ਦੇਖੋ 6 ਮਹੀਨੇ ਬਾਅਦ ਬਣਦੀ ਆ ਫਸਲ ਖੜੀ ਆ ਤਾਂ 6 ਮਹੀਨੇ ਲਾਊਗੀ ਉਸ ਤੋਂ ਬਾਅਦ ਦੇ ਵਿੱਚੋਂ ਆਪਾਂ ਕਣਕ ਵੱਢਣ ਤੋਂ ਬਾਅਦ ਵੀ ਨਾੜ ਨੂੰ ਆਪਾਂ ਜਦੋਂ ਪ੍ਰੋਪਰ ਢੰਗ ਨਾਲ ਸੁੱਕ ਜਾਂਦਾ ਤਾਂ ਉਦੋਂ ਤੋੜੀ ਬਣਾਉਂਦੇ ਆ ਫਿਰ ਉਸ ਪਈ ਰਹਿੰਦੀ ਆ ਸਾਲ ਪਰ ਫੇਰ ਵਰਤਦੇ ਆ ਆਪਾਂ ਪਰ ਉਹ ਕਿਤੇ ਨਾ ਕਿਤੇ ਅਸਰ ਘਟਦਾ ਤੇ ਜਦੋਂ ਆਪਾਂ ਗ੍ਰੀਨ ਪਾਊਡਰ ਪਾਉਂਦੇ ਆ ਤਾਂ ਸਿੱਧਾ ਹੀ ਉਹ ਹਰਾ ਹੁੰਦਾ ਤੇ ਹਰੇ-ਚਾਰੇ ਦੇ ਵਿੱਚ ਤਾਂ ਪਾਣੀ ਦੇ ਰੂਪ ਦੇ ਵਿੱਚ ਉਹ ਜਿਹੜੀਆਂ ਗੈਸਾਂ ਜਾਂ ਜ਼ਹਿਰੀਲੇ ਪਦਾਰਥ ਨੇ ਉਹ ਜ਼ਿਆਦਾ ਹੁੰਦੇ ਆ ਜਦੋਂ ਕਿਸੇ ਪਾਸੇ ਰਾਹ ਮਿਲਦਾ ਨਹੀਂ ਫਿਰ ਅਫਾਰਾ ਜਾਂ ਇਨਫੈਕਸ਼ਨ ਵਰਗੀਆਂ ਪ੍ਰੋਬਲਮਸ ਆ ਜਾਂਦੀਆਂ ਨੇ ਇਹੀ ਕਾਰਨ ਆ ਵੀ ਜਿਵੇਂ ਜਿਵੇਂ ਤਜਰਬੇ ਹੋਈ ਜਾਂਦੇ ਆ ਤਾਂ ਅੱਜ ਕੱਲ ਆਪਾਂ ਇਹਨੂੰ ਕਹਿ ਦਿੰਨੇ ਆ ਆਪਣਾ ਸਾਈਲੇਜ ਵੀ ਪ੍ਰੋਬਲਮ ਦਿੰਦਾ ਹਨ ਕਿਹਾ ਜਾਂਦਾ ਕੱਟੇ ਬੱਚੇ ਪਾਲ ਲਓ ਛੋਟੇ ਬੱਚੇ ਪਾਲ ਲਓ ਪਰ ਦਦਾਹਾਰੂ ਮੱਝਾਂ ਨੂੰ ਇਹ ਤੰਗ ਕਰਦਾ ਕਿਤੇ ਮੈ ਸਟੇਟਸ ਦੀ ਸਮੱਸਿਆ ਆ ਗਈ ਕਿਤੇ ਦੁੱਧ ਘਟ ਗਿਆ ਪਰ ਸਿਹਤ ਬਣ ਜਾਂਦੀ ਆ ਹੁਣ ਉਹ ਕਿਉਂ ਉਹ ਕਿਉਂਕਿ ਆਪਾਂ ਖੁੱਲਾ ਛੱਡ ਦਿੰਨੇ ਆ ਜਦੋਂ ਤਾਂ ਉਹਨੂੰ ਉਲੀ ਵਗੈਰਾ ਲੱਗ ਜਾਂਦੀ ਆ ਫਹੁੰਦੀ ਕਹਿ ਦਈਏ ਜਾਂ ਫੰਗਸ ਕਹਿ ਲੋ ਹਨਾ ਉਹ ਲੱਗਦੀ ਆ ਤਾਂ ਉਹ ਪਸ਼ੂ ਖਾ ਜਾਂਦਾ ਆ ਪਰ ਧਿਆਨ ਨਹੀਂ ਕਰਦੇ ਪਸ਼ੂ ਖਾਂਦਾ ਤਾਂ ਉਹ ਅੰਦਰ ਜਾ ਕੇ ਫਿਰ ਇੰਹੀ ਪ੍ਰੋਬਲਮਸ ਆਉਂਦੀਆਂ ਨੇ ਤੇ ਇਹ ਚੀਜ਼ਾਂ ਆ ਕਾਫੀ ਜ਼ਿਆਦਾ ਹੱਦ ਤੱਕ ਪ੍ਰਭਾਵਿਤ ਕਰਦੀਆਂ ਪਰ ਮੱਝ ਦੀ ਇਮਿਊਨਿਟੀ ਆ ਜਿਹੜੀ ਉਹ ਜ਼ਿਆਦਾ ਹੁੰਦੀ ਆ ਉਹ ਅਖੀਰ ਤੱਕ ਲੜਦੀ ਆ ਪਰ ਜਿਹੜੀ ਐਚ ਐਫ ਗੋ ਹੁੰਦੀ ਆ ਉਹ ਤੰਗ ਹੋ ਜਾਂਦੇ ਕਿਤੇ ਨਾ ਕਿਤੇ ਕੁੱਬੀ ਜੀ ਹੋ ਜਾਂਦੀ ਆ ਜਾਂ ਟੇਢੀ ਜੀ ਟੇਡੀਆਂ ਜੀਆਂ ਲੱਤਾਂ ਕਰ ਲੈਂਦੀ ਆ ਜਾਂ ਫਿਰ ਉਹ ਲੰਗ ਮਾਰ ਕੇ ਤੁਰਨ ਲੱਗ ਜਾਂਦੀ ਆ ਉਹ ਜ਼ਿਆਦਾਤਰ ਇਸ ਤਰ੍ਹਾਂ ਦੇ ਖਰਾਬ ਗ੍ਰੀਨ ਫਾਊਡਰ ਜਾਂ ਖਰਾਬ ਸਾਈਲੇਜ ਕਾਰਨ ਇਹੋ ਚੀਜ਼ਾਂ ਆ ਜਾਂਦੀਆਂ ਨੇ ਪਰ ਬਹੁਤ ਸਾਰੇ ਵੀਰ ਚੰਗੀ ਕੇਅਰ ਕਰਕੇ ਸਾਂਭਦੇ ਨੇ ਉੱਥੇ ਕੋਈ ਦਿੱਕਤ ਨਹੀਂ ਉਹ ਸਾਈਲੇਜ ਵਧੀਆ ਕੰਮ ਕਰਦਾ ਤੇ ਕਈ ਭਰਾ ਰੇ ਸਪਰੇਅ ਦੀ ਘੱਟ ਵਰਤੋਂ ਕਰਦੇ ਆ ਉਹ ਵੀ ਚੰਗੀ ਗੱਲ ਹੈਗੀ ਆ ਉਹ ਪਸ਼ੂਆਂ ਦੇ ਉੱਤੇ ਉਹਦਾ ਉਨਾ ਅਸਰ ਨਹੀਂ ਹੁੰਦਾ ਤੇ ਚਲੋ ਬਾਕੀ ਆਪੋ ਆਪਣਾ ਸਿਸਟਮਾਂ ਤੇ ਇਹ ਐਵੇਂ ਕੰਮ ਕਰਦਾ ਸਾਰਾ ਸਿਸਟਮ ਹੁਣ ਅੱਗੇ ਆਜੋ ਫੀਡ ਵਾਲੀ ਗੱਲ ਦੇ ਉੱਤੇ ਤਾਂ ਫੀਡ ਦੇ ਵਿੱਚ ਦੇਖੋ ਪਸ਼ੂ ਨੂੰ ਜਿਹੜੇ ਬੰਦਿਆਂ ਨੇ ਇੱਕ ਦਿਨ ਆਪਾਂ ਗੱਲ ਕੀਤੀ ਸੀ ਜਿਨ੍ਹਾਂ ਨੇ 2-4 ਪਸ਼ੂ ਘਰੇ ਰੱਖਿਆ ਤੇ ਅੱਜ ਆਪਾਂ ਹੁਣ ਗੱਲ ਕਰਦੇ ਆਂ ਬਈ ਜਿਹੜੇ ਭਰਾਵਾਂ ਨੇ ਡੈਰੀ ਪਰਪਸ ਲਈ 8-10 ਪਸ਼ੂ 15 ਪਸ਼ੂ 20 ਪਸ਼ੂ ਰੱਖਿਆ ਆਪਾਂ ਉਹਨਾਂ ਦੀ ਗੱਲ ਕਰਦੇ ਆਂ ਤਾਂ ਉਸ ਚੀਜ਼ ਦੇ ਵਿੱਚ ਐਵੇਂ ਆ ਬਈ ਜਾਦਾ ਪਸ਼ੂ ਰਜਾਉਣ ਨਾਲ ਖੋਲੀਆਂ ਭਰ ਨਾਲ ਗੱਲ ਬਣਦੀ ਨਹੀਂ ਹੈ ਕਿ ਨਾ ਸਿਹਤ ਬਣੇ ਨਾ ਗੱਲ ਬਣੇ ਨਾ ਦੁੱਧ ਬਣੇ ਉਹ ਤਾਂ ਆਪਦਾ ਮਨ ਸਰਸਾ ਹੁੰਦਾ ਇਸ ਤੋਂ ਵੱਧ ਕੁਝ ਨਹੀਂ ਤੇ ਹੁਣ ਜਿਹੜੇ ਜਿਹੜੇ ਪਸ਼ੂ ਦਧਾਰੂ ਪਸ਼ੂ ਨੇ ਕੋਈ 18 20 ਕਿਲੋ ਵਾਲਾ ਪਸ਼ੂ ਆ ਤਾਂ ਤਕਰੀਬਨ ਨਾਲ ਤਾਂ ਬੋਡੀ ਮੈਂਟੇਨ ਰਹਿੰਦੀ ਇਹਨਾਂ ਨਾਲ ਦੁੱਧ ਬਣੇ ਰਹਿਣਾ ਤਾਂ 2 ਕਿਲੋ ਪਿੱਛੇ ਇੱਕ ਦਾਣਾ ਪਾਓ 1 ਕਿਲੋ ਦਾਣਾ ਪਾਓ ਪਾਉਣਾ ਚਾਹੀਦਾ ਪਾਓ ਤਾਂ ਜਿੰਨਾ ਮਰਜੀ ਪਰ ਮੈਂ ਤਾਂ ਆਪਦੀ ਗੱਲ ਕਰ ਰਿਹਾ ਵੀ ਐਂ ਪਾਉਣਾ ਚਾਹੀਦਾ ਮੈਂ ਤਾਂ ਦੱਸ ਰਿਹਾ ਵੀ ਐਵੇਂ ਜੇ ਦੇਖ ਲਿਓ ਕਰਕੇ ਤਾਂ ਉਸ ਚੀਜ਼ ਦੇ ਵਿੱਚ ਇਹ ਕਹਾਣੀ ਆਉਂਦੀ ਆ ਬਈ ਆਪਾਂ ਜੇ ਜੇ ਆਪਾਂ ਇਕੱਠਾ ਪਾਵਾਂਗੇ ਹੁਣ ਆਪਾਂ ਆਪਣੇ ਤੇ ਜੇ ਆਪਾਂ ਆਪਾਂ ਰੱਜ ਲਈਏ ਇੱਕਦਮ ਸਵੇਰ ਵੇਲੇ ਆਪਾਂ ਰੱਜ ਲਈਏ ਤਾਂ ਦੁਪਹਿਰ ਖਾਣ ਦੀ ਆਪਾਂ ਨੂੰ ਲੋੜ ਨਹੀਂ ਪੈਣੀ ਸ਼ਾਮ ਤੱਕ ਬਸ ਹੋ ਜਾਂਦੀ ਆ ਤੇ ਐਂ ਪਸ਼ੂਆਂ ਦਾ ਤੇ ਇਸ ਕਰਕੇ ਉਹਨੂੰ ਵੰਡ ਕੇ ਪਾਓ 3-4 ਕਿਲੋ ਤੂੜੀ ਪਾਤੀ ਜੇ 18-20 ਕਿਲੋ ਵਾਲੀ ਮੱਝ ਤਾਂ ਉਹਨੂੰ 10 ਕਿਲੋ ਦਾਣਾ ਆ ਗਿਆ ਤਾਂ 10-10 ਸਵਾ ਸਵਾ 10 ਕਿਲੋ ਕਰਕੇ ਤਿੰਨ ਵਾਰ ਚ ਉਹਨੂੰ ਪਾਓ ਉਹਦੇ ਵਿੱਚ 3-4 ਕਿਲੋ ਡੰਗ ਦੀ ਧੂੜੀ ਤੇ 3 ਕਿਲੋ ਦਾਣਾ ਜਿਵੇਂ ਜਿਵੇਂ 3 ਕਿਲੋ ਹੀ ਪਾਣੀ ਦੇ ਵਿੱਚ ਉਹ ਭੁੰਨਤਾ ਹੋਵੇ ਜਣੀ ਰਸ ਮਿਸਾ ਜਾ ਹੋਵੇ ਬਹੁਤਾ ਪਾਣੀ ਪਾਣੀ ਤਾਂ ਨਹੀਂ ਜਾਣਾ ਹੋਵੇ ਨਹੀਂ ਫਿਰ ਪਸ਼ੂ ਨੇ ਛੱਡ ਦੇਣਾ ਪਸ਼ੂ ਨੇ 15-20 ਮਿੰਟ ਅੱਧੇ ਘੰਟੇ ਚ ਖਾ ਕੇ ਪਿੱਛੇ ਹੋ ਜਣਾ ਤੇ ਉਹਨੇ ਬਹਿ ਕੇ ਆਪਦਾ ਜਿਗਾਲੀ ਕਰੀ ਜਾਣੀ ਆ ਐਵੇਂ ਹੀ ਦੁਪਹਿਰੇ ਐਵੇਂ ਸ਼ਾਮ ਨੂੰ ਜੇ 14-15 ਕਿਲੋ ਵਾਲੀ ਮੱਝ ਤਾਂ ਉਹਨੂੰ ਘੱਟ ਕਰ ਲਓ 6-7 ਕਿਲੋ ਕਰ ਲਓ ਤੇ ਉਹਨੂੰ ਵੀ ਤਿੰਨ ਵਾਰ ਦੇ ਵਿੱਚ ਪਾਓ ਤਾਂ ਉਹਨੂੰ ਤੁਸੀਂ ਆਪਾਂ ਤਾਂ 24 ਘੰਟੇ ਦੇ ਵਿੱਚ ਉਹਨੇ ਅੱਧੇ-ਅੱਧੇ ਪਾਣੇ-ਪਾਣੇ ਘੰਟੇ ਦੇ ਵਿੱਚ ਖਾ ਕੇ ਵੀ ਤਕਰੀਬਨ ਡੇਢ-ਦੋ ਘੰਟਿਆਂ ਦੇ ਵਿੱਚ ਉਹਨੇ ਖਾ ਕੇ ਫ੍ਰੀ ਹੋ ਜਾਣਾ 20 21 22 ਘੰਟੇ ਉਹਨੇ ਫ੍ਰੀ ਖੜਨਾ ਪਸ਼ੂ ਨੇ ਉਹਨੇ ਫ੍ਰੀ ਖੜ ਕੇ ਕੀ ਕਰਨਾ ਜਗਾਲੀ ਚੱਲਣੀ ਆ ਪਸ਼ੂ ਖਾਣ ਨਾਲ ਨਹੀਂ ਜਿੰਨੀ ਉਹਦੀ ਜਗਾਲੀ ਚੱਲੂ ਦੁੱਧ ਉਸੇ ਸਪੀਡ ਦੇ ਬਣਨਾ ਫੇਰ ਉਸ ਤੋਂ ਬਾਅਦ ਦੇ ਵਿੱਚੋਂ ਜਿਹੜੇ ਜਾਰਾ ਦੁੱਧ ਵਾਲੇ 18 20 ਕਿਲੋ ਵਾਲੇ ਪਸ਼ੂ ਉਹਨਾਂ ਨੂੰ 14 15 12 ਕਿਲੋ ਤੱਕ ਤਾਂ 50 100 ਗ੍ਰਾਮ ਚੱਲ ਜਾਂਦਾ ਮਿਨਰਲ ਮਿਕਸਚਰ ਇਹ ਜ਼ਰੂਰੀ ਆ ਫੈਟ ਬਣੀ ਰਹਿੰਦੀ ਆ ਦੁੱਧ ਬਣਿਆ ਰਹਿੰਦਾ ਨਾਲੇ ਪਸ਼ੂ ਗੱਭਣ ਹੋਣ ਵਾਸਤੇ ਵੀ ਤਿਆਰ ਹੁੰਦਾ 18 20 ਕਿਲੋ ਵਾਲੇ ਨੂੰ ਘੱਟੋ ਘੱਟ 200 ਗ੍ਰਾਮ ਮਿਨਰਲ ਮਿਕਸਚਰ ਚਾਹੀਦਾ ਤੇ 2 ਜਾਂ 3 ਦਿਨਾਂ ਬਾਅਦ ਉਹਨਾਂ ਨੂੰ 100 150 ਐਮ ਐਲ ਕੈਲਸ਼ੀਅਮ ਚਾਹੀਦੀ ਆ ਇਹ ਚੀਜ਼ਾਂ ਸਾਨੂੰ ਜੇ ਅਸੀਂ ਮੇਨਟੇਨ ਕਰ ਲੈਨੇ ਆ ਹੁਣ ਬਾਡੀ ਪਸ਼ੂ ਦੇ ਅੰਦਰਲੀ ਬਾਡੀ ਵੀ ਦੱਸਤੀ ਪਸ਼ੂ ਨੂੰ ਖਾਣ ਪੀਣ ਵਾਲੀ ਚੀਜ਼ ਦੇ ਵਿੱਚ ਵੀ ਹਾਂ ਠੀਕ ਆ ਸਵਾਦ ਮਾਤਰ 5-10 ਕਿਲੋ ਵਿੱਚ ਤੁਸੀਂ ਹਰਾ ਸਿਟਣਾ ਜਦੋਂ ਪਸ਼ੂ ਦਾਣਾ ਖਾ ਗਿਆ ਉਦੋਂ ਸਿਟਣਾ ਸਿੱੜ ਦਿਓ ਕੋਈ ਦਿੱਕਤ ਨਹੀਂ ਹੈ ਪਰ ਬਹੁਤੀਆਂ ਖੁਲੀਆਂ ਭਰਨ ਦੀ ਕੋਈ ਲੋੜ ਨਹੀਂ ਹੈ ਇਹ ਚੀਜ਼ਾਂ ਅਫਸੈਟ ਕਰਦੀਆਂ ਜਦੋਂ ਫੀਡ ਬਦਲਨੀ ਹੈ ਦਾਣਾ ਬਦਲਣਾ ਤਾਂ ਇੱਕੋ ਹੀ ਚੱਲਦਾ ਰਹਣ ਦੇ ਜੇ ਕੁਝ ਸਮੇਂ ਦੇ ਹਿਸਾਬ 'ਚ ਚੇਂਜੇਸ ਕਰਨੀਆਂ ਨੇ ਤਾਂ ਉਹਨੂੰ ਐ ਦਾਣਾ ਮੁਕਣ ਤੋਂ ਪਹਿਲਾਂ ਜਿਹੜਾ ਨਵਾਂ ਦਾਣਾ ਤੁਸੀਂ ਬਣਵਾਇਆ ਕੁਝ ਬਦਲਾਇਆ ਕਰਕੇ ਬਣਵਾਇਆ ਉਹਨੂੰ ਕੁਝ ਮਾਤਰਾ ਉਹਦੀ ਪਾ ਲਓ ਬਾਕੀ ਮਾਤਰਾ ਜਿਹੜਾ ਖਤਮ ਹੋ ਰਿਹਾ ਉਹਦੀ ਪਾਓ ਪੰਜ ਚਾਰ ਦਿਨਾਂ ਦੇ ਵਿੱਚ ਪਸ਼ੂ ਨੂੰ ਉਧਰੋਂ ਉਧਰ ਲਿਆ ਕਿਉਂਕਿ ਜੋ ਉਹਦੇ ਅੰਦਰ ਕਟਾਣੂ ਚੱਲ ਰਹੇ ਨੇ ਉਸ ਨੂੰ ਭੋਜਨ ਨੂੰ ਤੋੜਨ ਵਾਲੇ ਭੋਜਨ ਨੂੰ ਪਚਾਉਣ ਵਾਲੇ ਉਹਨਾਂ ਦੀ ਬਣਤਰ ਵੀ ਉਹੀ ਜੀ ਹੋਈ ਹੋਈ ਆ ਤੇ ਇੱਕਦਮ ਆਪਾਂ ਬਦਲ ਲਾਂਗੇ ਤਾਂ ਉਹਨਾਂ ਕਟਾਣੂਆਂ ਨੇ ਉਹਨਾਂ ਨੂੰ ਝੱਲਣਾ ਨਹੀਂ ਤਾਂ 25 30 35 ਪੈਸੇ ਆਪਣਾ ਜੋ ਰਾਸ਼ਨ ਹੈਗਾ ਉਹ ਵੇਸਟ ਹੋ ਕੇ ਗੋਹੇ ਵਿੱਚ ਦੀ ਨਿਕਲਿਆ ਆਊਗਾ ਕਿਉਂਕਿ ਅੰਦਰਲੇ ਕਟਾਣੂਆਂ ਨੂੰ ਵੀ ਉਸੇ ਢੰਗ ਨਾਲ ਡਿਵੈਲਪ ਹੋਣ ਵਾਸਤੇ ਸਮਾਂ ਚਾਹੀਦਾ ਇਸ ਕਰਕੇ ਆਪਾਂ ਕਨਫਿਊਜ਼ਨ 'ਚ ਚਲੇ ਜਾਂਦੇ ਆਂ ਫਿਰ ਆਪਾਂ ਨੂੰ ਪਤਾ ਲੱਗਦਾ ਨਹੀਂ ਵੀ ਪਸ਼ੂ ਕਿਉਂ ਘਟ ਰਿਹਾ ਦੁੱਧ ਕਿਉਂ ਵੱਧ ਰਿਹਾ ਇਹਦੀ ਸਿਹਤ ਡਾਊਨ ਕਿਉਂ ਹੋ ਰਹੀ ਆ ਸੋ ਇਹ ਛੋਟੇ-ਛੋਟੇ ਗੱਲਾਂ ਨੇ ਇਹਨਾਂ ਦਾ ਧਿਆਨ ਰੱਖੀਏ ਤੇ ਅੱਜਕੱਲ ਟੈਕਨੀਕਲ ਯੋਗਾ ਆਪਾਂ ਨੂੰ ਹਰ ਗੱਲ ਢੰਗ ਨਾਲੇ ਕਰਾਂਗੇ ਤਾਂ ਚੰਗੀ ਗੱਲ ਆ ਕਿਉਂਕਿ ਜੱਟ ਬੁੱਧੀ ਵਾਲੇ ਸਮੇਂ ਤੱਕ ਗਏ ਹੁਣ ਉਹ ਗੱਲਾਂ ਰਹੀਆਂ ਨਹੀਂ ਹੈਗੀਆਂ ਹੁਣ ਹੋਰ ਗੱਲਾਂ ਨੇ ਤਾਂ ਸਾਨੂੰ ਸਮੇਂ ਦੇ ਹਿਸਾਬ ਨਾਲ ਬਦਲਣਾ ਪਊਗਾ ਸਾਨੂੰ ਜ਼ਿੰਮੇਵਾਰਾ ਕੰਮ ਵਪਾਰਕ ਢੰਗ ਨਾਲ ਕਰਨਾ ਪਊ ਕਾਰੋਬਾਰੀ ਢੰਗ ਨਾਲ ਬਿਜ਼ਨਸ ਮਾਈਂਡਡ ਹੋ ਕੇ ਕਰਨਾ ਪਊਗਾ ਹਰ ਗੱਲ ਦਾ ਕੋਈ ਨਾ ਕੋਈ ਮਤਲਬ ਜ਼ਰੂਰ ਹੁੰਦਾ ਉਹਨੂੰ ਘੋਖੋ ਪਰਖੋ ਜਾਂਚੋ ਤੇ ਐਨੀਆਂ ਗੱਲਾਂ ਕਹਿੰਦਾ ਹੋਇਆ ਠੀਕ ਆ ਵੀਰ ਜੀ ਧੰਨਵਾਦ ਆ ਗਲਤੀ ਹੋਈ ਤਾਂ ਵੀ ਦੱਸਿਓ ਚੰਗੀ ਗੱਲ ਹੋਈ ਤਾਂ ਵੀ ਐਪਰੀਸ਼ੀਏਟ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਠੀਕ ਆ ਵੀਰ ਜੀ ਧੰਨਵਾਦ